نحمده ونصلي على رسوله الكريم. هاد عالم بالدراج مدينة والي دو عالم پہ تیرا راج مدینے والے ہے دو عالم پہ تیرا راج اے مدینے والے اے ساری دنیا ہے تیری موتا مدینے والے ساری دنیا ہے تیری محتاج مدینے والے اے صدقہ اے زہرا کا سرکار ہمیں بھیک ملے غریبوں پہ نظر آ اے صدقہ زہرا کا سرکار ہمیں بھیک ملے غریبوں پہ کرم آ جو مدینے والے اے صدقہ زہرا کا اے سرکار ہمیں بھیک ملے او غریبوں پہ کرم آج مدینے او غریبوں پہ کرم آج مدینے برا ہوں یا بلا ہوں تیرا کہلا بلا ہوں اے تیرا کہلاتا ہوں اے تیرے ہاتھ میں میری لاج مدینے والے جانشین کبیر الاولیاء کمر مشائخ پیر طریقت رہبر شریعت حضور قبلہ حافظ احمد مصطفی حیدر دام البرکات مولالیہ حضرات گرامی وقت کی قلت پیش نظر ہے میرا دل کردا ہے مکتوبات امام ربانی تے مکتوب شریف 143 تے دو ترے جملے آپ حضرات سامنے کہہ لاں تے اون ساڈی بھی عمر اس لاج تے پہنچ گئی کہ سانو یہ سعادت حاصل ہے اور تانو بھی یہ سعادت حاصل ہے واللہ پیر تو بعد شکل و صورت اخلاق کردار عمل حسن جوانی تے او دل جوئی تے او محبت کرنے والا پیر میں سمجھنا ایک چن اوتھے چھپیا ہوا ہے او چن نکل کے تے ایتھے تلو ہویا پیا ہے اور کوئی ڈاؤٹ نہیں اندر کہ یہ سمجھو جی سورج چڑھے تو چند چھپ جاتا ہے جی رات آئے تو چند چڑھ جاتا ہے یہ سمجھو ایک چند لاہور شریف چڑھیا ہوا ہے اور دوجا اج پھر گجر والے پہ چڑھیا امام ربانی سیدنا مجدد الفسانی رضی اللہ تعالی عنہ آپ فرماندے نے جملے بڑے پیار تے دھیان نال سن لیو کہ میں سمجھا گا میری تساں حوصلہ افزائی فرمائی تے جملے اے نے آپ فرماندے نے کہ لوگو نبی کریم دی دو جہتاں نے ایک حضور نے خاتم النبیین تے دوجے حضور قطب عالم
ਤੇ ਜੀ ਇਹ ਮਸਲਾ ਮੈਂ ਸਮਝਾ ਲਿਆ ਤੁਹਾਨੂੰ ਹਜ਼ੂਰ, ਇਹਨਾਂ ਨੂੰ ਜਲਦੀ ਜਲਦੀ ਨਾਲ, ਤੇ ਮੇਰਾ ਖਿਆਲ ਹੈ ਕਿ ਮੇਰੀ ਵੀ ਗੱਲ ਬਣ ਜਾਏਗੀ ਜੁਮਲੇ ਦੇ ਅੰਦਰ ਨਾਲ। ਫਰਮਾਇਆ ਹਜ਼ੂਰ ਦੀਆਂ ਦੋ ਜਿਹਤਾਂ ਨੇ, ਹਜ਼ੂਰ ਇੱਕ ਖਾਤਮੁਲ ਨਬੀਯੀ ਨੇ ਤੇ ਹਜ਼ੂਰ ਦੂਸਰੇ ਕੁਤਬੇ ਆਲਮ ਨੇ। ਮਾਨਾ ਮੈਂ ਦੱਸ ਦਿੰਦਾ, ਖਾਤਮੁਲ ਨਬੀਯੀ ਆਖਰੀ ਨਬੀ ਔਰ ਕੁਤਬੇ ਆਲਮ, ਜਿਹਨਾਂ ਦੀ ਵਜ੍ਹਾ ਨਾਲ ਕਾਇਨਾਤ ਦਾ ਨਿਜ਼ਾਮ ਚੱਲਦਾ, ਉਹ ਕੁਤਬੇ ਆਜ਼ਮ ਵੀ ਹਜ਼ੂਰ ਨੇ। ਤੇ ਆਪ ਫਰਮਾਉਂਦੇ ਨੇ ਹਜ਼ੂਰ ਦੇ ਦੋਨੋਂ ਕਦਮਾਂ ਨੇ ਮੁਬਾਰਕਾ ਹਜ਼ਰਤ ਮੌਲਾ ਅਲੀ ਮੁਸ਼ਕਿਲ ਕੁਸ਼ਾ ਸ਼ੇਰੇ ਖੁਦਾ ਹਾਜ਼ਰਤ ਰਵਾ ਦੇ ਮੋਢਿਆਂ ਉੱਤੇ। ਬਸ਼ਮੂਲ ਸੈਯਦ ਫਾਤਿਮਾ ਹਸਨੈਨ ਕਰੀਮੈਨ ਤੇ ਇਹ ਇਸ ਤੋਂ ਪਹਿਲਾਂ ਫਰਮਾਨ ਨੇ ਦਾਦਾ ਮੀਰੇ ਏਸ਼ਾ ਫਰਮਾਇਆ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੁ ਦੀ ਸ਼ਾਨ ਦੇਵੇ ਔਰ ਕੋਈ ਵੀ ਮਕਤਬਾ ਫਿਕਰ ਵਾਲਾ ਅਗਰ ਵੇਖੋ ਤੇ ਜਿਹੜੀ ਸ਼ਾਨ ਮੇਰੇ ਮੁਜੱਦਦ ਨੇ ਮੌਲਾ ਅਲੀ ਮੁਸ਼ਕਿਲ ਕੁਸ਼ਾ ਦੀ ਬਿਆਨ ਫਰਮਾਈਏ, ਅੱਲਾ ਦੀ ਕਸਮ ਇੱਕ ਜੁਮਲੇ ਦੇ ਅੰਦਰ ਆਪ ਫਰਮਾਉਂਦੇ ਨੇ ਹਜ਼ਰਤ ਅਲੀ ਦੀ ਸ਼ਾਨ ਇਹ ਵੇ, ਫਰਮਾਇਆ ਪਦਾਇਸ਼ ਤੋਂ ਪਹਿਲਾਂ ਵੀ ਆਦਮ ਅਲੈਹ ਸਲਾਮ ਤੱਕ ਜਿੰਨੇ ਵਲੀ ਹੋਏ ਸਾਰਾ ਫੈਜ਼ ਮੌਲਾ ਅਲੀ ਮੁਸ਼ਕਿਲ ਕੁਸ਼ਾ ਦਾ ਹੈ ਤੇ ਕਿਆਮਤ ਤੱਕ ਜਿੰਨੇ ਪੈਦਾ ਹੋਣਗੇ ਫਿਰ ਵੀ ਫੈਜ਼ ਮੁਸ਼ਕਿਲ ਕੁਸ਼ਾ। ਆਪਣੇ ਮਾਨ ਨਾਲ ਦੱਸੋ, ਚਲੋ ਮੈਂ ਇੱਥੇ ਰੋਕ ਦੇਣਾ, ਲੇਕਿਨ ਗੱਲ ਇੰਨੀ ਜ਼ਰੂਰ ਜੇ ਹੁਣ ਪੜ੍ਹਨਾ ਕੁਛ ਵੀ ਨਹੀਂ ਤੇ ਦੱਸਣਾ ਵੀ ਕੁਛ ਵੀ ਨਹੀਂ, ਇੱਥੇ ਗੱਲ ਆਹੋ ਜੀ ਮੈਨੂੰ ਰਜ਼ਵਾਨ ਸਾਹਿਬ ਕਹਿੰਦੇ ਨੇ ਬਾਕੀ ਗੱਲ ਬੜਾ ਰਾਤ ਦੀ ਯਾਰਾ ਸਾਹਿਬ ਯਾਰਾ ਹੋ ਗਏ ਨੇ, ਲੇਕਿਨ ਚਲੋ ਮੈਂ ਕੋਈ ਗੱਲ ਨਹੀਂ ਕਰਦਾ। ਪੀਰ ਜੀ ਕਿਸੇ ਦਿਨ ਮੈਨੂੰ ਆਓ, ਮੈਨੂੰ ਦੱਸੋ ਤੇ ਮੈਂ ਆਵਾਂ ਤੇ ਆਪਣੇ ਦੁੱਖ ਸੁਣਾਵਾਂ ਤੇ ਆਪਣੇ ਹੀਰ ਸੁਣਾਵਾਂ ਤੇ ਫਿਰ ਘੰਟਾ ਡੇਢ ਸੁਣਾਵਾਂ। ਅੱਜ ਤੁਹਾਡੇ ਵਾਸਤੇ ਸੁਣਿਆ, ਲੇਕਿਨ ਉਹ ਸ਼ੇਰ ਜਿਹੜਾ ਕਿਬਲਾ ਆਲਮ ਹਜ਼ੂਰ ਕਬੀਰੁਲ ਔਲੀਆ ਤੇ ਮੇਰਾ ਪੀਰ ਕਿੰਨਾ ਜਾਣਦਾ ਸੀ ਮੈਨੂੰ ਕਿੱਥੋਂ ਆਇਆ, ਇੱਥੇ ਸੈਯਦ ਅਹਿਮਦ ਫਰੂਕ ਸ਼ਾਹ ਸਾਹਿਬ ਕੋਈ ਨਹੀਂ, ਉਹਨੇ ਮੈਨੂੰ ਜੁਮਲਾ ਕਿਹਾ ਉਹ ਮੈਂ ਕੋਈ ਨਹੀਂ ਕਹਿਣਾ। ਮੈਂ FIR ਦਫ਼ਤਰੋਂ ਆਇਆ ਤੇ ਆਪ ਤਸ਼ਰੀਫ ਫਰਮਾ ਤੇ ਆਪ ਖੁਤਬਾ ਸ਼ੁਰੂ ਫਰਮਾਇਆ। ਕਿਹੜੀ ਗੱਲ ਦੱਸਾਂ, 1984 ਚ ਮੈਂ ਨਿੱਕਾ ਜਿਹਾ ਤਾਲਬ ਇਲਮ ਤੇ ਮੈਨੂੰ ਨਾਸ਼ਤਾ ਕਰਨ ਦੀ ਜਾਚ ਆਵੇ ਕੋਈ ਨਾ ਤੇ ਕਿਬਲਾ ਫਰਮਾਨ ਕੇ ਸਟਾਲ ਜਾਣਾ ਤੇ ਆ ਜਾਏਗਾ GTS ਦੇ ਤੇ ਮੈਂ ਜੀ ਮੈਂ 4 ਵਜੇ ਆ ਜਾਵਾਂਗਾ। ਗਰਮੀ ਮੌਸਮ ਆ ਗਿਆ, ਦੀਨੇ ਕਿਤੇ ਨਾਸ਼ਤਾ ਕਰ ਲਿਆ, ਮੈਨੂੰ ਕੀ ਪਤਾ ਨਾਸ਼ਤਾ ਕਿਵੇਂ ਕਰਦਾ, ਜਿਵੇਂ ਆਪ ਬੜਾ ਚਲਾਉਣਾ ਕੀ ਜਾਮ ਮੈਂ ਵੇ ਵੇ ਕਲਾਈ ਆਵਾਂ, ਜਿਵੇਂ ਆਪ ਤੋੜ ਮੈਂ ਵੀ ਤੋੜੀ ਆਵਾਂ ਤੇ ਇਹ ਮੁਹੱਬਤ ਉਹ ਇਸ਼ਕ ਨਾਲ ਵੇਖਣਾ। ਹੁਣ ਤੇ ਮੌਲ ਵੀ ਨਿੱਕਾ ਜਿਹਾ ਫਟਕਦਾ ਮਾਰਨਾ ਮੌਲ ਵੀ ਤੇ ਅੱਲਾਹ ਪਾਕ ਦੀ ਕਸਮ ਤੇ ਮੈਂ ਦੱਸਾਂ ਤੁਹਾਨੂੰ, 1986 ਚ ਕਿਬਲਾ ਆਲਮ ਨੇ ਮੈਨੂੰ ਨਵਾਜ਼ ਦਿਆ ਆਪਣੀ ਦਸਤਾਰ, 1986
ਨਵਾਜ਼ਿਆ ਤੇ ਹੁਣ ਤੇ ਮੌਲਵੀ ਤੋਬਾ ਤੋਬਾ ਮੌਲਵੀ ਗੁਫ਼ਤਗੂ ਅੱਲਾ ਪੇ ਪੀਰ ਭੁੱਲ ਜਾਂਦਾ ਪਰ ਤੇਰੀ ਨਜ਼ਰ ਤੋਂ ਸਦਕੇ ਜਾਵਾਂ ਕਿ ਤੇਰੀ ਮਸਤੀ ਇਹ ਨਜ਼ਰ ਓਏ ਅੱਲਾ ਦੀ ਕਸਮ ਲੋਕਾਂ ਦੇ ਡੇਰੇ ਆ ਬਰਬਾਦ ਹੋ ਜਾਂਦੇ ਨੇ ਪਰ ਕਬੀ ਰੌਲੀਆ ਤੇਰੀ ਨਜ਼ਰ ਤੋਂ ਸਦਕੇ ਜਾਵਾਂ ਤੇਰੀ ਮਸਤੀ ਇਹ Allah ho 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 ke teri masti ye e abad main phale hain teri masti ye e nazar se abad ਤੇਰੀ ਜੁੰਬਸ਼ ਨਿਗਾਹ ਸੇ ਤੇਰੀ ਜੁੰਬਸ਼ ਨਿਗਾਹ ਸੇ ਤੇਰੀ ਜੁੰਬਸ਼ ਨਿਗਾਹ ਸੇ ਇਹ ਆਵਾਜ਼ ਇਹ ਮਹਿਫਲ ਹੈ ਮਸਤ ਮੁਝੇ ਬਣਾ ਦਿਆ ਇਹ ਕਿਸਕੀ ਨਿਗਾਹ ਹੈ ਨਾਜ਼ ਨੇ ਇਹ ਕਿਸਕੀ ਨਿਗਾਹ ਹੈ ਨਾਜ਼ ਨੇ ਇਹ ਮਸਤ ਮੁਝੇ ਬਣਾ ਦਿਆ ਅਰੇ ਦੇਖਾ ਜੂੰ ਕੋ ਬਾਂਟ ਇਹ ਦੇਖਾ ਜੂੰ ਕੋ ਬਾਟਦੇ ਅਰੇ ਮੈਨੇ ਵੀ ਬੜੀ ਕੇ ਸ਼ੌਕ ਸੇ ਅਰੇ ਦੇਖਾ ਜੂੰ ਕੋ ਬਾਟਦੇ ਅਰੇ ਮੈਨੇ ਵੀ ਬੜੀ ਕੇ ਸ਼ੌਕ ਸੇ ਇਹ ਦਸਤੇ ਅਤਾ ਕੇ ਸਾਹਮਣੇ ਇਹ ਦਸਤੇ ਤਲਬ ਬੜਾ ਦਿਆ ਇਹ ਦਸਤੇ ਅਤਾ ਕੇ ਸਾਹਮਣੇ ਅਰੇ ਦਸਤੇ ਤਲਬ ਬੜਾ ਦਿਆ ਆਬਾਦ ਖੁਦਾ ਅੱਲਾਹ 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 ਓ ਅੱਲਾਹ 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 ਅੱਲਾਹ